ਗ੍ਰਿਫਤਾਰ ਕੀਤਾ ਹੈ। ਹਮਕਾ ਮਾਝੀ ਅਤੇ ਦੁਜੇਨ ਨਾਮ ਦੇ ਦੋਨੋਂ ਗ੍ਰਿਫਤਾਰ ਆਦਮੀਆਂ ਦੇ ਕੋਲ ਪੁਲਿਸ ਨੇ 14 ਬੱਚਿਆਂ ਨੂੰ ਵੀ ਬਰਾਮਦ ਕੀਤਾ। ਬਰਾਮਦ ਕੀਤੇ ਗਏ ਬੱਚਿਆਂ ਦੀ ਉਮਰ 10 ਤੋਂ 15 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਨੂੰ ਸੈਕਟਰ 17 ਤੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਦੇ ਏਐਸਪੀ ਦੇਸ਼ਰਾਜ ਨੇ ਦੱਸਿਆ ਕਿ ਦੋਨੋਂ ਆਰੋਪੀ ਇਨ੍ਹਾਂ ਬੱਚਿਆਂ ਨੂੰ ਬਿਹਾਰ ਤੋਂ 500 ਰੁਪਏ ਵਿੱਚ ਖਰੀਦ ਕੇ ਲਿਆਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਹਿਮਾਚਲ ਪ੍ਰਦੇਸ਼ ਸੇਬ ਦੀ ਫਸਲ ਨੂੰ ਤੋੜਨ ਦੇ ਕੰਮ ਤੇ ਲਗਾਇਆ ਜਾਣਾ ਸੀ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਮਹਿਜ਼ 500-600 ਰੁਪਏ ਮਹੀਨੇ ਮਿਲਨੇ ਸਨ। ਸੇਬ ਤੋੜਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਵਹਾਂ ਪਰ ਲਗਾਏਗਾ, ਉਸਕੇ ਬਾਅਦ ਹੋਟਲੋਂ ਮੇ ਔਰ ਲੋਗ ਜੋ ਕਾਮ ਕਰਵਾਤੇ ਹੈ ਉਨਕੋ ਯੇ ਦੇਤਾ ਹੈ ਔਰ ਹਰ ਲੜਕੇ ਕੀ ਜੋ ਇਨਕਮ ਹੈ 500 ਰੁਪਏ ਇਸਕੇ ਘਰ ਭੇਜਨੇ ਕੇ ਬਾਅਦ ਵੋ ਆਪਣੇ ਪਾਸ ਰੱਖਤਾ ਹੈ ਔਰ ਬੱਚੋਂ ਕੋ ਖਾਨਾ ਪੀਨਾ ਔਰ ਕਪੜੇ। ਉਧਰ ਫੜੇ ਗਏ ਆਰੋਪੀ ਦੁਜੇਨ ਨੇ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੀ ਸਹਿਮਤੀ ਨਾਲ ਇਨ੍ਹਾਂ ਬੱਚਿਆਂ ਨੂੰ ਪੈਸੇ ਦੇ ਕੰਮ ਕਰਨ ਲਈ ਲਿਆਇਆ ਸੀ ਅਤੇ ਇਸ ਦੇ ਕੰਮ ਦੇ ਬਦਲੇ ਹਰ ਮਹੀਨੇ 600 ਰੁਪਏ ਦੇ ਇਲਾਵਾ ਰਹਿਣ ਖਾਣ ਦਾ ਖਰਚ ਵੀ ਦਿੱਤਾ ਜਾਣਾ ਸੀ। ਇਨਕੇ ਮਾਂ ਬਾਪ ਕੇ ਸਾਥ ਰਾਜ਼ੀ ਖੁਸ਼ੀ ਕੇ ਸਾਥ ਮਿਲ ਜੁਲ ਕੇ ਬਾਤ ਕਰਕੇ ਭੇਜਾ ਹੋਇਆ, ਮਾਤਾ ਪਿਤਾ ਨੇ ਕੰਮ ਕਰਨੇ ਕੇ ਲਈ ਸਾਥ ਮੇਂ ਗਾਉਂ ਵਾਲਾ ਛੋੜਨੇ ਕੇ ਲਈ ਭੇਜਾ ਹੋਇਆ, ਅਭੀ ਵੀ ਹੈ ਮੇਰੇ ਸਾਥ ਯਹਾਂ 3-4 ਔਰ ਮਹੀਨੇ ਕੇ 600 ਰੁਪਏ ਕਿਆ ਹੋਇਆ ਇਨਕੋ ਔਰ ਬੱਚੋਂ ਕੋ ਉਮਰ ਹੋ ਗਿਆ ਤਕਰੀਬਨ 10 ਔਰ 16 ਕੇ ਬੀਚ ਮੇਂ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੁਜੇਨ ਅਤੇ ਹਮਕਾ ਮਾਝੀ ਇਸ ਤੋਂ ਪਹਿਲਾਂ ਵੀ ਕਈ ਬੱਚਿਆਂ ਦੀ ਬਿਹਾਰ ਤੋਂ ਤਸਕਰੀ ਕਰ ਚੁੱਕੇ ਹਨ। ਬਹਿਰਾਲ ਪੁਲਿਸ ਨੇ ਦੋਨਾਂ ਆਰੋਪੀਆਂ ਦੇ ਖਿਲਾਫ ਮਾਨਵ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਬਰਾਮਦ ਕੀਤੇ ਗਏ ਬੱਚਿਆਂ ਨੂੰ ਬੀਬੀ ਬਾਦਲ ਦੇ ਅਕਾਲ ਚਲਾਣੇ ਨਾਲ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਬੇਟੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਪੂਰੇ ਪਰਿਵਾਰ ਨੂੰ ਧੱਕਾ ਲੱਗਿਆ। ਬੀਬੀ ਬਾਦਲ ਦਾ ਸੰਸਕਾਰ ਬੁੱਧਵਾਰ ਨੂੰ ਮੁਕਤਸਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਜਾਏਗਾ। ਇਸ ਮੌਕੇ ਤੇ ਪੀਜੀਆਈ ਵਿਚ ਮੌਜੂਦ ਭਾਜਪਾ ਅਤੇ ਅਕਾਲੀ ਦਲ ਦੇ ਵਰਿਸ਼ਟ ਨੇਤਾਵਾਂ ਨੇ ਬੀਬੀ ਬਾਦਲ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਇਸ ਤਰ੍ਹਾਂ ਆਪਣੇ ਕਿਸੇ ਸਗੇ ਸਬੰਧੀ ਨੂੰ ਯਾਦ ਕਰੀਦਾ ਔਰ ਖਾਸ ਤੌਰ ਤੇ ਇੱਕ ਪਬਲਿਕ ਮੈਨ ਨੂੰ ਯਾਦ ਕਰੀਦਾ ਜਿਹੜਾ ਜਿਹਨੇ ਲੋਕਾਂ ਲਈ ਕੁਝ ਕੀਤਾ ਹੋਵੇ, ਉਹ ਸਗੇ ਸਬੰਧੀ ਤੋਂ ਵੀ ਜ਼ਿਆਦਾ ਉਹਨੂੰ ਯਾਦ ਰੱਖਿਆ ਹੈ। ਵਿੱਚ ਔਰਤ ਕਾਂਸਟੇਬਲ ਦੇ ਪਦ ਉੱਤੇ ਭਰਤੀ ਕਰਵਾਉਣ ਦੇ ਝਾਂਸੇ ਦੇ ਕੇ ਲੁੱਟ ਰਿਹਾ ਸੀ। ਪੁਲਿਸ ਨੇ ਪੂਰਾ ਗਰੋਹ ਚਲਾ ਰਹੀ ਮੀਰੀ ਪੀਰੀ ਨਾਮ ਦੀ ਸੰਸਥਾ ਦੀ ਸੰਚਾਲਕ ਨਿਰਮਲ ਕੌਰ ਅਤੇ ਉਸਦੇ ਡਰਾਈਵਰ ਤਰਸੇਮ ਸਿੰਘ ਤੇ ਕਲਰਕ ਭੁਪਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਏ। ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਸੁਨੀਲ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਫਿਰੋਜ਼ਪੁਰ ਵਿਚ ਕੁਝ ਲੋਕ ਫਰਜ਼ੀ ਤੌਰ ਉਤੇ ਸੀਮਾ ਸੁਰੱਖਿਆ ਬਲ ਵਿਚ ਔਰਤ ਕਾਂਸਟੇਬਲਾਂ ਦੀ ਭਰਤੀ ਕਰ ਰਹੇ ਸਨ, ਜਿਸ ਉਤੇ ਉਨ੍ਹਾਂ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਅਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। 2 ਵਜੇ ਸੁਬਹ ਮੇਰੇ ਪਾਸ ਇੱਕ ਸਿਵਲੀਨ ਆਇਆ, ਬੋਲਦਾ ਸਾਹਿਬ ਆਪਕੀ ਭਰਤੀ ਕੇ ਲਈ ਕੋਈ ਹੈ? ਮੈਨੇ ਬੋਲਾ ਨਹੀਂ ਹੈ। ਤੋ ਬੋਲਦਾ ਕਿ ਵਹਾਂ ਭਰਤੀ ਹੋ ਰਹੀ ਹੈ ਔਰ ਐਸੇ ਐਸੇ ਮੈਂ ਆਪਕੇ ਸਾਥ ਚਲਤਾ ਹੂੰ ਔਰ ਦੇਖਾ ਔਰ ਮੈਨੇ ਆਪਣੇ ਡਿਪਟੀ ਕਮਾਂਡਰ ਸਾਹਿਬ ਕੋ ਲਿਆ ਔਰ ਸਾਥ ਮੇਂ ਗਾਰਡ ਲੀ ਔਰ ਹਮ ਵਹਾਂ ਪਹੁੰਚੇ ਔਰ ਇਨ੍ਹੋਂਨੇ ਜਾਲੀ ਭਰਤੀ ਕਰ ਰਹੇ ਥੇ ਜਿਸਮੇਂ ਫਾਰਮ 500 ਰੁਪਏ ਕਾ ਫਾਰਮ ਦੇ ਰਹੇ ਥੇ। ਇਸ ਗਰੋਹ ਨੇ ਅਖਬਾਰਾਂ ਵਿਚ ਇੱਕ ਇਸ਼ਤਿਹਾਰ ਦੇ ਕੇ ਲੜਕੀਆਂ ਨੂੰ ਸੀਮਾ ਸੁਰੱਖਿਆ ਬਲ ਵਿਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ ਸੀ। ਲੜਕੀਆਂ ਨੂੰ ਇਸ ਦੇ ਲਈ ਇੱਕ ਫਾਰਮ 500 ਰੁਪਏ ਵਿਚ ਵੇਚਿਆ ਗਿਆ ਸੀ ਅਤੇ 2 ਮਹੀਨੇ ਦੀ ਟ੍ਰੇਨਿੰਗ ਲਈ 31,000 ਰੁਪਏ ਮੰਗੇ ਜਾ ਰਹੇ ਸਨ। ਬਾਹਰ ਤੇ ਐਡ ਬੜੀ ਸੀਗੀ BSF ਵਿਚ ਭਰਤੀ ਹੋਣ ਨੂੰ, ਇੱਥੇ ਮੀਰੀ ਪੀਰੀ ਦੇ ਇਹਨਾਂ ਐਡਰੈਸ ਦਿੱਤਾ ਹੋਇਆ ਸੀ। ਇੱਥੇ ਪਹੁੰਚੇ ਤੇ ਇਹਨਾਂ ਸਾਨੂੰ ਫਾਰਮ ਤੋਂ 500 ਰੁਪਿਆ ਮੰਗ ਕੀਤੀ ਸੀ। 9 ਮਹੀਨਿਆਂ ਦੀ ਟ੍ਰੇਨਿੰਗ ਲਈ ਸਾਡੇ ਤੋਂ 31,000 ਰੁਪਿਆ ਦੀ ਮੰਗ ਕੀਤੀ ਸੀ, ਲੇਕਿਨ ਸਭ ਕੁਝ ਝੂਠ ਨਿਕਲਿਆ। ਇਹਨਾਂ ਨੇ ਸਾਨੂੰ ਕਿਹਾ ਕਿ ਮਹੀਨੇ ਦੀ 18,000 ਰੁਪਿਆ ਪੇ ਦੇਵਾਂਗੇ ਤੇ 15-16 ਤਰੀਕ ਨੂੰ ਅਸੀਂ ਇੱਥੇ ਭਰਤੀ ਕਰਾਂਗੇ, ਲੇਕਿਨ ਇਹ ਸਭ ਕੁਝ ਝੂਠ ਸੀ। ਇਹ ਲਈ ਸਾਡੇ ਤੋਂ 500 ਰੁਪਿਆ ਲਿਆ ਗਿਆ ਤੇ
ਟ੍ਰੇਨਿੰਗ ਵਾਸਤੇ ਸਾਨੂੰ 9 ਮਹੀਨੇ ਦੀ ਟ੍ਰੇਨਿੰਗ ਵਾਸਤੇ 2100 ਰੁਪਇਆ ਮੰਗਿਆ ਗਿਆ ਸੀ, 3000 ਰੁਪਇਆ ਮੰਗਿਆ ਗਿਆ ਸੀਗਾ। ਪੁਲਿਸ ਦਾ ਕਹਿਣਾ ਹੈ ਕਿ ਗਿਰੋਹ ਦੇ ਮੈਂਬਰ 6 ਲੜਕੀਆਂ ਕੋਲੋਂ 500 ਰੁਪਏ ਦੇ ਹਿਸਾਬ ਨਾਲ ਪੈਸੇ ਲੈ ਚੁੱਕੇ ਸਨ ਅਤੇ 20 ਹੋਰ ਲੜਕੀਆਂ ਤੋਂ ਪੈਸੇ ਲੈਣ ਦੀ ਤਿਆਰੀ ਕਰ ਰਹੇ ਸਨ। ਸਾਡੇ ਨੋਟਿਸ ਅਜੇ ਤੱਕ 19-20 ਕੁੜੀਆਂ ਆਈਆਂ ਜਿਨ੍ਹਾਂ ਕੋਲ ਇਹਨਾਂ ਨੇ ਪੈਸੇ ਲੈਣੇ ਸੀ, ਜਿਹਦੇ ਵਿੱਚੋਂ 6 ਕੁੜੀਆਂ ਕੋਲ ਇਹਨਾਂ ਨੇ 500-500 ਰੁਪਏ ਦੇ ਹਿਸਾਬ ਨਾਲ 3000 ਰੁਪਏ ਇਕੱਠਾ ਕਰ ਲਿਆ ਸੀ। ਬਾਕੀ ਇਹਨਾਂ ਦਾ ਵੀ ਹੋਰ ਕਾਰਡ ਆ ਉਹ ਸਾਰਾ ਜ਼ਬਤ ਕਰ ਲਿਆ। ਪੁਲਿਸ ਨੇ ਫਰਜ਼ੀ ਭਰਤੀ ਕਰਵਾਉਣ ਵਾਲੇ ਇਨ੍ਹਾਂ ਲੋਕਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਏ ਅਤੇ ਇਨ੍ਹਾਂ ਦੇ ਸਾਰੇ ਰਿਕਾਰਡ ਨੂੰ ਜ਼ਬਤ ਕਰ ਲਿਆ ਗਿਆ ਏ। ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਇਹ ਲੋਕ ਹੁਣ ਤੱਕ ਸੀਮਾ ਸੁਰੱਖਿਆ ਬਲ ਵਿਚ ਭਰਤੀ ਦੇ ਨਾਮ ਉਤੇ ਕਿੰਨੇ ਕੁ ਲੋਕਾਂ ਨੂੰ ਠੱਗ। ਅਕਸਰ ਬੋਨੀ ਸਾਬਤ ਹੋਣ ਵਾਲੀ ਪੰਜਾਬ ਦੀ ਪੁਲਿਸ ਹੁਣ ਬੱਚਿਆਂ ਤੇ 3rd ਡਿਗਰੀ ਅਪਣਾ ਰਹੀ ਹੈ। ਕਪੂਰਥਲਾ ਵਿਚ ਭੁਲੱਤ ਦੇ ਗੁਰਪ੍ਰੀਤ ਨਾਮਕ ਜਵਾਨ ਨੂੰ 10 ਜੂਨ ਦੀ ਸਵੇਰੇ ਉਸ ਦੀ ਦੁਕਾਨ ਤੋਂ ਉਠਾ ਕੇ ਲੈ ਗਈ। ਹਿਰਾਸਤ ਵਿਚ ਲੈਣ ਦੇ ਬਾਅਦ ਇਲਾਕੇ ਦੇ DSP ਨੇ ਗੁਰਪ੍ਰੀਤ ਦੇ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਚੋਰੀ ਦੇ ਇਕ ਮਾਮਲੇ ਵਿਚ ਆਪਣੀ ਸ਼ਮੂਲੀਅਤ ਦੀ ਗੱਲ ਮੰਨਣ ਲਈ ਦਬਾਅ ਬਣਾਉਣ ਲੱਗੇ। ਪੁਲਿਸ ਨੇ ਇਸ ਬੱਚੇ ਦੇ ਨਾਲ ਹਾਰਡਕੋਰ ਕ੍ਰਿਮੀਨਲ ਵਰਗਾ ਸੁਭਾਅ ਕੀਤਾ ਅਤੇ ਮਾਰਕੁੱਟ ਕਰਨ ਦੇ ਨਾਲ ਨਾਲ ਉਸ ਦੇ ਜਿਸਮ ਤੇ ਕਰੰਟ ਵੀ ਲਗਾਇਆ ਗਿਆ। ਹਵਲਾ ਤਾਂ ਮੈਂ ਬੰਦ ਕਰ ਦਿਆ ਤੇ 12 ਵਜੇ ਨਾ DSP ਆਇਆ, ਉਸਨੇ ਮਾਰਪੀਟ ਕੀ ਮੇਰੀ, ਬੋਲਤਾ ਤੂੰ ਕਬੂਲ ਕਰਕੇ ਚੋਰੀ ਮੈਨੇ ਕੀ ਹੈ, ਜਿਹੜਾ ਨਲਕਾ ਲੜਕਾ ਉਸਕਾ ਨਾਂ ਲੈ ਕੇ ਤੂੰ ਚੋਰੀ, ਉਹਦੇ ਤੇਰੇ ਨਾਲ ਕੇ ਲੜਕੇ ਨੇ ਚੋਰੀ ਕੀ ਹੈ। ਮੈਂ ਕਿਹਾ ਮੈਂ ਕਿਸੇ ਬੋਲੂ, ਮੇਰੇ ਕੋ ਮਾਲੂਮ ਨਹੀਂ ਨਾ ਮੈਨੇ ਚੋਰੀ ਕੀ ਹੈ, ਤੇ ਜੋ ਜਿਨਕੇ ਘਰ ਕੇ ਲੜਕੇ ਨੇ ਘਰ ਕੇ ਪਰਚਾ ਦਿਆ ਥਾ, ਵੋ ਵੀ ਲੜਕਾ ਕਹਿ ਰਹਾ ਥਾ ਕਿ ਇਸਨੇ ਨਹੀਂ ਚੋਰੀ ਕੀ ਹੈ, ਮੇਰੇ ਸਾਥ ਇਸਕੋ ਕੁਛ ਨਹੀਂ ਪਤਾ, ਤੋ ਵੋ ਕੁਛ ਮਾਨਤੇ ਨਹੀਂ ਥੇ, ਪਟਾਈ ਕਰਤੇ ਥੇ ਔਰ ਕਰੰਟ ਵੀ ਲਗਾਇਆ, ਮੇਰੇ ਸਟਿਕ ਵੀ ਮਾਰੀ ਤੇ ਥੱਪੜ ਥੁੱਪੜ ਮਾਰੇ ਮੇਰੇ, ਤੂੰ ਕਹਤੇ ਦੇ ਬੋਲ ਕੇ ਤੁਮਨੇ ਚੋਰੀ ਕੀ ਹੈ। ਪੁਲਿਸ ਦੀ ਧੱਕੇਸ਼ਾਹੀ ਦੇ ਬਾਅਦ ਗੁਰਪ੍ਰੀਤ ਦੇ ਪਿਤਾ ਕਰਨੈਲ ਸਿੰਘ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਥਾਣੇ ਗਏ ਅਤੇ ਗੁਰਪ੍ਰੀਤ ਨੂੰ ਛੁਡਾਇਆ। ਕਰਨੈਲ ਸਿੰਘ ਨੇ ਇਸ ਮਾਮਲੇ ਵਿਚ ਕਪੂਰਥਲਾ ਦੀ ਜੁਵੇਨਾਇਲ ਕੋਰਟ ਵਿਚ ਸ਼ਿਕਾਇਤ ਕਰ ਦਿੱਤੀ ਹੈ ਅਤੇ ਹੁਣ ਜੁਵੇਨਾਇਲ ਕੋਰਟ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਕੋਰਟ ਦੀ ਇਸ ਕਾਰਵਾਈ ਤੋਂ ਬਾਅਦ ਪੁਲਿਸ ਦੇ ਹੱਥ ਪੈਰ ਫੁੱਲੇ ਹੋਏ ਹਨ ਅਤੇ ਹੁਣ ਪੁਲਿਸ ਦੇ ਅਧਿਕਾਰੀ ਕਰਨੈਲ ਸਿੰਘ ਤੇ ਇਸ ਮਾਮਲੇ ਵਿਚ ਸਮਝੌਤਾ ਕਰਨ ਦਾ ਦਬਾਅ ਬਣਾ ਰਹੇ ਨੇ। ਅਭੀ ਤੋਂ ਪੁਲਿਸ ਵਾਲੇ ਤੋਂ ਮੇਰੇ ਕੋ ਰਿਸ਼ਵਤ ਬਹੁਤ ਦੇ ਰਹੇ ਹੈ ਕਿ ਸਾਰੀ ਜ਼ਿੰਦਗੀ ਮੈਂ ਇਤਨਾ ਪੈਸਾ ਦੂੰਗਾ ਕਿ ਸਾਰੀ ਜ਼ਿੰਦਗੀ ਆਰਾਮ ਸੇ ਖਾਓ, ਪਰ ਮੈਂ ਕਿਹਾ ਨਹੀਂ, ਮੈਂ ਪਾਰਟੀ ਚ ਲਗਾਉਂਗਾ, ਮੈਂ ਪਿੱਛੇ ਨਹੀਂ ਹਟੂੰਗਾ। ਕਿਸ ਲਈ ਪੈਸਾ ਦੇ ਰਹੇ ਹੋ? ਪਿੱਛੇ ਕਿ ਮਤਲਬ ਹਮ ਸੇ ਸੁਲਾ ਕਰ ਲੋ, ਰਾਤ ਕੋ 11-12 ਵਜੇ ਕੇ ਬੀਚ ਮੈਂ DSP ਕਰਤਾ ਹੈ ਔਰ ਮੇਰੇ ਰਿਸ਼ਤੇਦਾਰੋਂ ਸੇ ਫੋਨ ਕਰਵਾਤਾ ਹੈ। ਮੈਂ ਕਿਹਾ ਮੈਂ ਨਹੀਂ ਕਰੂੰਗਾ ਪਿੱਛੇ ਸੇ, ਮੈਂ ਖਹਿਰਾ ਸਾਹਿਬ ਕੇ ਨਾਲ ਹੋ, ਮੇਰੀ ਉਨੇ ਮਤ ਬਹੁਤ ਕੀ ਹੈ, ਮੈਂ ਪਿੱਛੇ ਨਹੀਂ ਹਟੂੰਗਾ ਔਰ ਅਭੀ ਤੱਕ ਵੀ ਮੇਰਾ ਪਿੱਛਾ ਨਹੀਂ ਛੋੜ ਰਹੇ। ਇਸ ਵਿਚ ਭੁਲੱਤ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਪੁਲਿਸ ਕਾਂਗਰਸ ਦੇ ਕਾਰਜਕਰਤਾਵਾਂ ਤੇ ਰਾਜਨੀਤਿਕ ਬਦਲੇ ਦੀ ਭਾਵਨਾ ਤੋਂ ਝੂਠੇ ਮਾਮਲੇ ਦਰਜ ਕਰ ਰਹੀ ਹੈ ਅਤੇ ਹੁਣ ਇਸ ਮਾਮਲੇ ਵਿਚ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਔਰ ਮੈਂ ਤਾਂ ਇਹ ਕਹਿਣਾ ਚਾਹਤਾ ਹੂੰ ਕਿ ਜੋ ਚਾਈਲਡ ਜੁਵੇਨਾਈਲ ਚਾਈਲਡ ਕੇਅਰ ਪ੍ਰੋਟੈਕਸ਼ਨ ਐਕਟ ਹੈ, ਹਮਾਰਾ ਹਿੰਦੁਸਤਾਨ ਕਾਂਸਟੀਟਿਊਸ਼ਨ ਨੇ ਉਸਕੋ ਅਡਾਪਟ ਕੀਆ ਹੈ, ਉਸਕੀ ਗ੍ਰੋਸ ਵਾਇਲੇਸ਼ਨ ਕੀ ਹੈ ਪੰਜਾਬ ਪੁਲਿਸ ਨੇ ਜਾਂ ਹਮਾਰੀ ਕਾਂਸਟੀਟਿਊਸ਼ਨ ਮੇਂ। ਪੰਜਾਬ ਦੀ ਸਮਾਜਿਕ ਸੁਰੱਖਿਆ ਮੰਤਰੀ ਲਕਸ਼ਮੀਕਾਂਤ ਚਾਵਲਾ ਨੇ ਵੀ ਪੰਜਾਬ ਪੁਲਿਸ ਦੁਆਰਾ ਬੱਚਿਆਂ ਦੇ ਨਾਲ ਕੀਤੇ ਜਾ ਰਹੇ ਸੁਭਾਅ ਤੇ ਸਵਾਲ ਚੁੱਕੇ ਹਨ। ਚਾਵਲਾ ਨੇ ਕਿਹਾ ਕਿ ਪੂਰੇ ਦੇਸ਼ ਵਿਚ ਪੁਲਿਸ ਬੱਚਿਆਂ ਦੇ ਮਾਨਵ ਅਧਿਕਾਰ ਦਾ ਹਨਨ ਕਰ ਰਹੀ ਹੈ। ਇਹ ਸਵਾਲ ਕੇਵਲ ਪੰਜਾਬ ਪੁਲਿਸ ਪਰ ਨਹੀਂ ਹੈ, ਪੂਰੇ ਹਿੰਦੁਸਤਾਨ ਕੀ ਪੁਲਿਸ ਅਭੀ ਮਾਨਵ ਅਧਿਕਾਰ ਕਿਆ ਹੋਤੇ ਹੈ, ਬੱਚੇ ਕੇ ਬੁੜੇ ਕੇ ਜਵਾਨ ਕੇ, ਉਹ ਜੋ ਬਿਹਾਰ ਮੇ ਆਪਣੇ ਦੇਖੇ ਦੋ ਕੇਸ, ਉੱਤਰ ਪ੍ਰਦੇਸ਼ ਮੇ ਦੇਖੇ ਹੈ, ਪੰਜਾਬ ਮੇ ਦੇਖੇ ਹੈ। ਆਜ ਹੀ ਜੀਰਾ ਮੇ 5 ਲੜਕੋ ਕੋ ਟੈਲੀਵਿਜ਼ਨ ਪਰ ਅਭੀ ਲੋਗ ਆਪਕਾ ਕੋਈ ਚੈਨਲ ਦਿਖਾ ਰਹਾ ਥਾ, ਕਿਸ ਤਰ੍ਹਾਂ ਉਨਕੋ ਪੀਟਾ ਹੈ ਸਵਤੰਤਰ ਭਾਰਤ ਕੀ ਔਰ ਸਭਿਅ ਸਮਾਜ ਕੇ ਲੋਗੋ ਕੋ,
कैसे डील करना चाहिए जब भी पूरे हिंदुस्तान की पुलिस को सीखना है। क्या पंजाब पुलिस भी थर्ड डिग्री का इस्तेमाल करती है बच्चों के खिलाफ? करती। इस पूरे मामले दे मीडिया चे चर्चा विच आउन दे बाद कपूरथला पुलिस दे हाथ पैर फुले होए ने अते हुण पुलिस इस विच बचा दा कोई रस्ता लभण विच जुटी हुई है। वेखणा ए है कि पंजाब दे गृह मंत्री सुखबीर सिंह बादल बच्चियां दे नाल थर्ड डिग्री दा वर्ताव करन वाले बहादुर पुलिस ਵਾਲਿਆਂ ਨੇ ਬਚਾਇਆ ਅਤੇ ਇਹਨੂੰ ਹਸਪਤਾਲ ਭੇਜ ਦਿੱਤਾ ਗਿਆ। ਡਿੰਪਲ ਨੇ ਦੱਸਿਆ ਕਿ ਉਸਦਾ ਪਤੀ ਵਿਆਹ ਤੋਂ ਬਾਅਦ ਹੀ ਉਸਦੇ ਨਾਲ ਮਾਰਕੁੱਟ ਕਰਦਾ ਸੀਗਾ ਅਤੇ ਉਸਨੇ ਆਪਣੀ ਮਾਂ ਦੇ ਕਹਿਣ ਤੇ ਹੀ ਘਰ ਦੀ ਬਾਲਕੋਨੀ ਤੋਂ ਉਸਨੂੰ ਧੱਕਾ ਦੇ ਦਿੱਤਾ। ਮੇਰਾ ਘਰ ਵਾਲਾ ਮੈਨੂੰ ਰੋਜ਼ ਕੁੱਟਦਾ ਮਾਰਦਾ ਤੇ ਅੱਜ ਮੇਰੀ ਸੱਸ ਨਨਵੀ ਨਨਾਨ ਮਿੱਟੀ ਦਾ ਤੇਲ ਲੈ ਮੇਰੇ ਤੇ ਪਾਉਣ ਲੱਗੀਆਂ। ਜਦੋਂ ਮੈਂ ਬਚਾਅ ਕਰਨ ਲਈ ਬਾਲਕੋਨੀ ਚ ਗਈ ਤਾਂ ਮੇਰੇ ਘਰ ਵਾਲੇ ਨੇ ਛੁਰੀ ਕੱਢੀ ਮੈਨੂੰ ਮਾਰਨ ਲਈ। ਉਸ ਤੋਂ ਬਾਅਦ ਮੈਂ ਆਪਣਾ ਬਚਾਅ ਕਰਨ ਲਈ ਛਾਲ ਮਾਰਨ ਲੱਗੀ ਤਾਂ ਉਹਨੇ ਮੇਰੇ ਛਾਲ ਮਾਰਨ ਤੋਂ ਪਹਿਲੇ ਮੈਨੂੰ ਧੱਕਾ ਮਾਰਤਾ। ਮਾਮਲੇ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਹਸਪਤਾਲ ਜਾ ਕੇ ਡਿੰਪਲ ਦਾ ਮੈਡੀਕਲ ਚੈੱਕਅਪ ਕਰਵਾਇਆ ਅਤੇ ਡਿੰਪਲ ਦੇ ਪਤੀ ਨੂੰ ਹਿਰਾਸਤ ਵਿਚ ਲੈ ਲਿਆ, ਜਦਕਿ ਡਿੰਪਲ ਦੀ ਸੱਸ ਅਤੇ ਨਨਾਣ ਅਜੇ ਫਰਾਰ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਡਿੰਪਲ ਦਾ ਮੈਡੀਕਲ ਕਰਵਾ ਕੇ ਮਾਮਲੇ ਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ। ਮੇਰੇ ਕੋ ਮਹੱਲੋ ਵਾਲੇ ਨੇ ਬਤਾਇਆ ਕਿ ਇਸਨੇ ਦਾਰੂ ਪੀ ਰੱਖੀ ਸੀ ਔਰ ਇਸਨੇ ਆਪਣੀ ਪਤਨੀ ਕੋ ਉਪਰ ਸੇ ਧੱਕਾ ਦੇ ਦਿਆ। ਇਸਕਾ ਮੈਡੀਕਲ ਕਰਵਾਇਆ, ਅਗੇ ਕਾਰਵਾਈ ਜਾਕਰ ਕਰਤੇ ਹੈ। ਬਹਿਰਹਾਲ ਪੁਲਿਸ ਹੁਣ ਇਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ ਤੇ ਡਿੰਪਲ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਗਰਭਵਤੀ ਪਤਨੀ ਨੂੰ ਇਸ ਤਰ੍ਹਾਂ ਛੱਤ ਤੋਂ ਹੇਠਾਂ ਸਿੱਟਣ ਤੇ ਪੂਰੇ ਮੁਹੱਲੇ ਵਿਚ ਲੋਕ ਡਿੰਪਲ ਦੇ ਪਰਿਵਾਰ ਨੂੰ ਕੋਸ ਰਹੇ ਨੇ। ਇਸ ਤਰ੍ਹਾਂ ਦੇ ਦਹੇਜ ਦੇ ਲੋਭੀ ਲੋਕਾਂ ਉਤੇ ਸ਼ਿਕੰਜਾ ਕੱਸਿਆ ਜਾਣਾ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਹੋਰ ਡਿੰਪਲ ਇਸ ਤਰ੍ਹਾਂ ਸਸੁਰਾਲੀਆਂ ਦੇ ਜ਼ੁਲਮ ਅਧਿਆਪਕ ਵੱਲੋਂ ਆਪਣੀ ਵਿਦਿਆਰਥਣ ਨਾਲ ਸੰਬੰਧ ਬਣਾਉਣਾ ਮਹਿੰਗਾ ਪੈ ਗਿਆ। ਮਾਮਲੇ ਦਾ ਖੁਲਾਸਾ ਪਿੰਡ ਦੀ ਪੰਚਾਇਤ ਨੇ ਦੋਸ਼ੀ ਅਧਿਆਪਕ ਦਾ ਜੰਮ ਕੇ ਕੁਟਾਪਾ ਕੀਤਾ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਆਪਣੀ ਹੀ ਵਿਦਿਆਰਥਣ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਇਸ ਅਧਿਆਪਕ ਦੀ ਗਲਤ ਹਰਕਤ ਦਾ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਪਿੰਡ ਦੇ ਲੋਕਾਂ ਨੇ ਪੰਚਾਇਤ ਬੁਲਾ ਕੇ ਇਸ ਅਧਿਆਪਕ ਦੀ ਜੰਮ ਕੇ ਕੁਟਾਪਾ ਚਾੜਿਆ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅਧਿਆਪਕ ਵਿਦਿਆਰਥਣ ਨੂੰ ਬੈਲਾ ਫਸਲਾ ਕੇ ਆਪਣੇ ਇੱਕ ਜਾਣਕਾਰ ਦੇ ਘਰ ਲੈ ਗਿਆ ਤੇ ਉੱਥੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਇਹਨੇ ਜੋ ਹੈ ਟੀਚਰ ਮੇਰੇ ਸਕੂਲ ਦੇ ਲੱਗੇ, ਇਹਨਾਂ ਨੇ ਜਿਹੜੇ ਬਹੁਤ ਘਿਣਾਉਣੀ ਹਰਕਤ ਕੀਤੀ ਆ, ਬੱਚੀ ਨੂੰ ਇੱਥੋਂ ਵਰਗਲਾ ਕੇ ਘਰੇ ਲੈ ਗਿਆ ਪਿੰਡ 'ਚ। ਇਹਨੇ ਜਾ ਕੇ ਉਹਨਾਂ ਗਲਤ ਜੋ ਵੀ ਕੀਤਾ ਵਾ ਉਹਨੂੰ ਮੈਂ ਸਾਰੀ ਪੰਚਾਇਤ ਨੂੰ ਸਵੇਰੇ ਸੱਦਿਆ ਤੇ ਇਹਨੇ ਸਾਰੀ ਪੰਚਾਇਤ ਵਿੱਚ ਆਪਣਾ ਕਬੂਲ ਕੀਤਾ ਬਿਆਨ ਕਿ ਮੇਰੇ ਕੋਲ ਜਿਹੜੀ ਇਹ ਗਲਤੀ ਹੋ ਚੁੱਕੀ ਆ। ਫਿਰ ਪੰਚਾਇਤ ਇਹਨੂੰ ਅਸੀਂ ਨਹੀਂ ਚਾਹੁੰਦੇ ਕਿ ਇਹਨੂੰ ਇਸ ਗਲਤੀ ਤੇ ਮਾਫ਼ੀ ਦਿੱਤੀ ਜਾਵੇ, ਇਹਦੇ ਵਰਖਿਲਾਫ਼ ਜੋ ਵੀ ਵੱਧ ਤੋਂ ਵੱਧ ਜਿਹੜੀ ਸਜ਼ਾ ਇਹਨੂੰ ਦਿੱਤੀ ਜਾਵੇ। ਦੂਜੇ ਪਾਸੇ ਦੋਸ਼ੀ ਅਧਿਆਪਕ ਆਪਣੀ ਗਲਤੀ ਮੰਨ ਰਿਹਾ ਹੈ। ਅਧਿਆਪਕ ਤਲਵਿੰਦਰ ਦਾ ਕਹਿਣਾ ਹੈ ਕਿ ਉਹ ਅਧਿਆਪਕ ਵਰਗ ਅਤੇ ਸਮਾਜ ਦਾ ਦੋਸ਼ੀ ਹੈ। ਮੈਂ ਗੁਨੇਗਾਰ ਹਾਂ ਜੀ ਸਾਰੇ ਅਧਿਆਪਕ ਵਰਗ ਦਾ, ਆਪਣੇ ਐਜੂਕੇਸ਼ਨ ਡਿਪਾਰਟਮੈਂਟ ਦਾ, ਆਪਣੇ ਸਕੂਲ ਦਾ, ਆਪਣੇ ਸਮਾਜ ਦਾ। ਉੱਥੇ ਪਿੰਡ ਦੀ ਪੰਚਾਇਤ ਇਸ ਮਾਮਲੇ ਵਿਚ ਦੋਸ਼ੀ ਅਧਿਆਪਕ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਤੇ ਇਸ ਗਲਤੀ ਦਾ ਨਤੀਜਾ ਅਧਿਆਪਕ ਨੂੰ ਆਪਣੀ ਸਰਕਾਰੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਹੋਇਆ ਇਹ ਦੂਜਾ ਪਟਵਾਰੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਮਨਜੀਤ ਸਿੰਘ ਨਾਮ ਦਾ ਪਟਵਾਰੀ ਕਾਬੂ ਕੀਤਾ ਗਿਆ ਸੀ।
ਫੜਿਆ ਗਿਆ ਪਟਵਾਰੀ ਹਰਜੀਤ ਸਿੰਘ ਜ਼ਮੀਨ ਦੇ ਕਾਗਜ਼ਾਤ ਦੁਬਾਰਾ ਆਪਣੇ ਨਾਮ ਕਰਵਾਉਣ ਦੇ ਲਈ ਇੱਕ ਵਿਧਵਾ ਤੋਂ ਰਿਸ਼ਵਤ ਮੰਗ ਰਿਹਾ ਸੀ। ਇਸ ਵਿਧਵਾ ਕਾਂਸਟੇਬਲ ਨੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਦਿੱਤੀ ਅਤੇ ਰਿਸ਼ਵਤ ਖੋਰ ਪਟਵਾਰੀ ਰੰਗੇ ਹੱਥ ਫੜੇ ਗਿਆ। ਉਹਨਾਂ ਨੇ ਮੇਰੇ ਕੋਲ 20,000 ਮੰਗਿਆ ਸੀ, 10,000 ਮੈਂ ਦੇਤਾ ਵਾ ਤੇ ਨਾ ਕਰਦੇ 8-9,000 ਉਹਨਾਂ ਨੇ ਪਹਿਲਾਂ ਮੇਰੇ ਕੋਲ ਲੱਲਿਆ ਵਾ ਤੇ ਮੈਂ ਉਹਨਾਂ ਨੂੰ ਕਿਹਾ ਵਾ ਕਿ ਮੈਨੂੰ ਫਰਦ ਦਿਓ ਤੇ ਮੈਨੂੰ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕੁਛ ਵੀ, ਬੜੀ ਦੇਰ ਪੁਰਾਣੀ ਹੋ ਗਈ ਆ, ਅੱਜ ਫਿਰ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ, ਮੈਂ ਪੈਸੇ ਦੇ। ਪੁਲਿਸ ਹੁਣ ਇਸ ਰਿਸ਼ਵਤਖੋਰ ਪਟਵਾਰੀ ਦੀ ਪ੍ਰਾਪਰਟੀ ਦੀ ਜਾਂਚ ਕਰ ਰਹੀ ਹੈ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸਨੇ ਕਮਾਈ ਤੋਂ ਜ਼ਿਆਦਾ ਕਿੰਨਾ ਪੈਸਾ ਇਕੱਠਾ ਕੀਤਾ ਹੈ। ਇਹਦੇ ਘਰ ਦੀ ਸਰਚ ਹੋ ਰਹੀ ਹੈ, ਇਹਦੇ ਘਰ ਦੀ ਸਰਚ ਦੇ ਵਿੱਚੋਂ ਜੋ ਕੁਝ ਵੀ ਸਾਨੂੰ ਇਦਾਂ ਦੀ ਕੋਈ ਚੀਜ਼ ਸ਼ੱਕੀ ਹੋਏਗੀ ਜਿਹੜੀ ਮਿਲੇਗੀ, ਜਿਹਦੇ ਨਾਲ ਜਿਹਦੇ ਤੋਂ ਪਤਾ ਲੱਗਦਾ ਹੋਵੇ ਕਿ ਇਹਦੀ ਕੀ ਪ੍ਰਾਪਰਟੀ ਹੈ, ਕਿੰਨਾ ਬੈਂਕ ਬੈਲੈਂਸ ਹੈ, ਕੁਝ ਵੀ ਇਦਾਂ ਦੀ ਜਾਂ ਇਸ ਵੇਲੇ ਇਹਦੇ ਘਰ ਚ ਕਿੰਨੇ ਜ਼ੇਵਰਾਤ ਹਨ, ਕਿੰਨੀ ਇਹਦੀ ਨਕਦੀ ਹੈ, ਉਸ ਤੋਂ ਸਾਨੂੰ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਵੀ ਕੀ ਇਹ ਆਪਣੀ ਆਮਦਨ ਤੋਂ ਵੱਧ ਇਹਦਾ ਮਤਲਬ ਇਸਦੇ ਕੋਲ ਕਮਾਈ ਹੈ। ਹਾਲਾਂਕਿ ਰਿਸ਼ਵਤਖੋਰ ਪਟਵਾਰੀ ਫੜਿਆ ਗਿਆ ਹੈ ਅਤੇ ਵਿਜੀਲੈਂਸ ਸ਼ਾਇਦ ਇਸ ਨੂੰ ਸਜ਼ਾ ਵੀ ਦਵਾ ਦੇਵੇ, ਪਰ ਜਿਸ ਤਰੀਕੇ ਨਾਲ ਅੰਮ੍ਰਿਤਸਰ ਵਿੱਚ ਪਟਵਾਰੀ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਆ ਰਹੇ ਨੇ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਰੈਵਨਿਊ ਵਿਭਾਗ ਵਿੱਚ ਭ੍ਰਿਸ਼ਟਾਚਾਰ ਕਿੰਨੀ ਡੂੰਘਾ ਆਪਣੀਆਂ। ਘਟਨਾ ਮੰਗਲਵਾਰ ਸਵੇਰੇ ਉਸ ਵੇਲੇ ਹੋਈ ਜਦੋਂ ਬਿੰਦੀਆਂ ਨਾਮ ਦੀ ਇਹ ਲੜਕੀ ਸਵੇਰੇ 10 ਵਜੇ ਆਪਣੇ ਘਰ ਦੀ ਛੱਤ ਉਤੇ ਕੱਪੜੇ ਸੁਕਾਉਣ ਲਈ ਗਈ। ਜਿਵੇਂ ਹੀ ਬਿੰਦੀਆਂ ਘਰ ਦੀ ਛੱਤ ਉਤੇ ਪਹੁੰਚੀ, ਛੱਤ ਉਤੇ ਘਾਤ ਲਾ ਕੇ ਬੈਠੇ ਗੁਆਂਢ ਵਿਚ ਰਹਿਣ ਵਾਲੇ ਸ਼ੇਖਰ ਨਾਮ ਦੇ ਨੌਜਵਾਨ ਨੇ ਉਸ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਦੀ ਛੋਟੀ ਭੈਣ ਨੇ ਦਸਿਆ ਕਿ ਜਿਵੇਂ ਹੀ ਉਹ ਬਿੰਦੀਆਂ ਦੇ ਚੀਕਣ ਦੀ ਆਵਾਜ਼ ਸੁਣ ਛੱਤ ਉਤੇ ਗਈ ਤਾਂ ਸ਼ੇਖਰ ਉਥੋਂ ਭੱਜ ਗਿਆ। ਇੱਟ ਗਿਰੀ ਸੀ ਨੀਚੇ, ਫਿਰ ਅਸੀਂ ਉੱਤੇ ਗਏ ਸੀ, ਉਹਨਾਂ ਮੁੰਡਾ ਭੱਜ ਗਿਆ ਸੀ। ਫਿਰ ਮੇਰੀ ਭੈਣ ਸੀ। ਮਾਮਲੇ ਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਸਿਟੀ ਥਾਣੇ ਦੇ ਇੰਚਾਰਜ ਜਰਨੈਲ ਸਿੰਘ ਜਾਂਚ ਲਈ ਮੌਕੇ ਤੇ ਪਹੁੰਚੇ। ਪੁਲਿਸ ਦੀ ਜਾਂਚ ਵਿਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫਿਰੇ ਸ਼ੇਖਰ ਨੇ ਇੱਕ ਤਰਫਾ ਪਿਆਰ ਵਿਚ ਪਾਗਲ ਹੋ ਕੇ ਲੜਕੀ ਦੀ ਜਾਨ ਲਈ ਹੈ। ਮਾਮਲਾ ਇਹ ਹੈ ਕਿ ਜਿਸ ਲੜਕੀ ਨੇ ਕਤਲ ਕੀਤਾ ਉਹ ਲੜਕੀ ਨਾਲ ਪਿਆਰ ਕਰਦਾ ਸੀ, ਲੇਕਿਨ ਲੜਕੀ ਉਸ ਨਾਲ ਸਹਿਮਤ ਨਹੀਂ ਸੀ, ਇਸੇ ਰੰਜਿਸ਼ ਕਰਕੇ ਉਸਨੇ ਕਤਲ ਕੀਤਾ। ਸ਼ੇਖਰ ਉਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਏ ਅਤੇ ਬਿੰਦੀਆ ਹੁਣ ਇਸ ਦੁਨੀਆਂ ਵਿਚ ਨਹੀਂ ਰਹੀ। ਸਾਰੇ ਇਲਾਕੇ ਵਿਚ ਇਹੀ ਚਰਚਾ ਏ ਕਿ ਇਹ ਕਿਹੋ ਜਿਹਾ ਪਿਆਰ ਸੀ ਜਿਸ ਵਿਚ ਸ਼ੇਖਰ ਨੇ ਉਸ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਨੂੰ ਉਹ ਪਿਆਰ ਕਰਨ ਦੇ ਦਾਅਵੇ।